ओ जान लगे ने एक बारी तो नैन मिला क्यों दस मेरे ओमन नाल लेके तुरते हैं, मेरे पीछे पीछे तुरे जाना। मैं जागरण च गया सीगा, कमिंग सून जी खान पापा जी, सारा दिन सुनते रहे। स्टूडियो के विच 12 घंटे च डब किया सी पहला गाना। इस मंच के आने की कोशिश भी तुसी की थी सी, बहुत बार, तीन तो चार बार। वॉइस ऑफ पंजाब दा जद भी मंच सजदा है, एक अजिहे शख्स ने जो इत्थे आए बिना नहीं रह सकते ने, अपने आप ही इत्थे दा प्यार तुहानू बुला लैंदा है। जी खान जी, बहुत बहुत स्वागत एक बार फिर तो छोटा जिहा अपने सैट ते। सत श्री अकाल जी, बहुत बहुत किदां दा लगा इस बार? बहुत वधिया, बहुत वधिया, बहुत सुरीले बच्चे है। हर वारी आपदा बचपन चेते करने वास्ते इत्थे आ जांदा। हां, और बचपन चेते करदे करदे आप ही बच्चा बन जांदा। मैं हाई बच्चा जी। अग्रीड अग्रीड। इन्हां दे मैं दिखाऊंगी तुहानू टेक दे विच कि ਕਿਵੇਂ ਸਵਾਦ ਦੇ ਨਾਲ ਇਹ ਬਿਸਕੁਟ ਖਾ ਰਹੇ ਸੀ ਘਰ ਤੋਂ, ਕਹਿੰਦੇ ਚਲੇ ਜਾ। ਓਕੇ, ਸੋ ਔਨ ਅ ਸੀਰੀਅਸ ਨੋਟ ਸਰ, ਸ਼ੁਰੂਆਤ ਪਹਿਲੇ ਤਾਂ ਸਭ ਤੋਂ ਪਹਿਲੇ ਇੱਕ ਚੀਜ਼ ਪਿਛਲੀ ਵਾਰ ਮੈਂ ਮਿਸ ਕਰਤੀ ਸੀ, ਉਹ ਸੀ ਤੁਹਾਡਾ ਟੈਟੂ। ਇੱਕ ਵਾਰ ਮੈਂ ਦਰਸ਼ਕਾਂ ਨੂੰ ਜ਼ਰੂਰ ਫਿਰ ਤੋਂ ਦਿਖਾਉਣਾ ਚਾਹੂੰਗੀ, ਤੁਹਾਡੇ ਗੁਰੂ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਆਪਣੇ ਨਾਲ ਲੈ ਕੇ ਤੁਰਦੇ ਹੋ, ਦਿਲ ਦੇ ਨਾਲ ਜੋੜ ਕੇ ਰੱਖਦੇ ਹੋ। ਜੀ, ਉਹ ਮੈਨੂੰ ਨਾਲ ਲੈ ਕੇ ਤੁਰਦੇ ਆ, ਮੇਰੇ ਪਿੱਛੇ ਪਿੱਛੇ ਤੁਰੇ ਜਾਂਦਾ ਹੁੰਦਾ। ਜਿਹੜਾ ਉਹ ਪਹਿਲਾ ਗਾਣਾ ਸੀਗਾ ਉਹਨਾਂ ਨੇ ਤੁਹਾਨੂੰ ਦਿੱਤਾ ਸੀਗਾ, ਉਸ ਵੇਲੇ ਉਮੀਦ ਸੀਗੀ ਕਿ ਹਾਂ ਮਿਲੇਗਾ ਜਾਂ ਉਹ ਤੁਹਾਡੇ ਤੇ ਇੰਨਾ ਵਿਸ਼ਵਾਸ ਰੱਖ ਰਹੇ ਸੀਗੇ? ਉਹਦੇ ਬਾਰੇ ਬਹੁਤ ਕੁਝ ਸੁਣਿਆ ਸੀ, ਬਹੁਤ ਦਿਲ ਦਾ ਚੰਗਾ ਬੰਦਾ ਹੈ ਹਨਾ, ਤਾਂ ਉਮੀਦ ਕਿਤੇ ਨਾ ਕਿਤੇ ਸੀਗੀ ਵੀ ਹਾਂ ਯਾਰ ਕੁਝ ਬਣੂਗਾ। ਹਾਂ, ਤੇ ਕਦੀ ਜਦੋਂ ਸੁਣਦੇ ਸੀਗੇ ਤਾਂ ਉੱਥੇ ਤੱਕ ਪਹੁੰਚਣ ਦਾ ਜਿਹੜਾ ਰਸਤਾ ਸੀਗਾ ਜਦੋਂ ਪਹਿਲੀ ਮੀਟਿੰਗ ਹੋਈ ਸੀ, ਵਾਸ ਇਟ ਆਲ ਵੈਰੀ ਸਮੂਥ ਜਾਂ ਉਸ ਵੇਲੇ? ਨਹੀਂ, ਮੈਂ ਥੋੜਾ ਜਿਹਾ ਸੀਗਾ ਵੀ ਹਾਂ ਬਾਈ, ਪਰ ਮੈਨੂੰ ਬਾਈ ਸਾਰਾ ਦਿਨ ਸੁਣਦੇ ਰਹੇ, ਕਹਿੰਦੇ ਤੂੰ ਗਾ ਕੇ ਸੁਣਾ ਪਹਿਲੀ ਮੀਟਿੰਗ 'ਚ। ਪੂਰਾ ਦਿਨ ਸੁਣਦੇ ਰਹੇ? ਪੂਰਾ ਦਿਨ? ਹਾਂ, ਫਿਰ ਉਹਨੇ ਮੈਨੂੰ ਕਿਹਾ ਸੀ ਤੇਰਾ ਗਾਣਾ ਕਰਦੇ ਆ, ਕਮਿੰਗ ਸੂਨ ਜੀ ਖਾਨ ਪਾਪਾ ਜੀ। ਹਾਂ, ਸਟੋਰੀ ਵਾਈਸ ਇੰਸਟਾਗ੍ਰਾਮ ਸਟੋਰੀ ਤੇ, ਔਰ ਉਸ ਵੇਲੇ ਉਹ ਸਭ ਤੋਂ ਵੱਡਾ ਇੱਕ ਜ਼ਰੀਆ ਹੁੰਦਾ ਸੀ ਅਨਾਉਂਸਮੈਂਟ ਦਾ। ਹਾਂਜੀ ਹਾਂਜੀ। ਤੇ ਤੁਹਾਨੂੰ ਲੱਗਾ ਸੀ ਹੁਣ ਮੈਂ ਮੈਚਅਪ ਵੀ ਕਰਨਾ ਹੈ ਯਾਰ, ਕਿ ਇੰਨੇ ਵੱਡੇ ਸ਼ਖਸ ਨੇ ਮੇਰਾ ਨਾਮ ਤਾਂ ਬੋਲ ਦਿੱਤਾ ਹੈ, ਸਭ ਕੁਝ ਕਹਿ ਦਿੱਤਾ ਹੈ, ਤੇ ਮੈਂ ਮੈਚਅਪ ਕਰ ਲਵਾਂਗਾ, ਕਿਤੇ ਪਹੁੰਚ ਜਾਵਾਂਗਾ। ਬਹੁਤ ਮਿਹਨਤ ਕੀਤੀ, ਰਿਆਜ਼ ਕੀਤਾ। ਉਹ ਪਹਿਲੇ ਗਾਣੇ ਜੀ ਮੈਂ ਕੱਟੋ ਕੱਟ ਨਾ ਵਾਲਾ ਉਹ ਸਟੂਡੀਓ ਦੇ ਵਿੱਚ 12 ਘੰਟੇ ਚ ਡਬ ਕੀਤਾ ਸੀ ਪਹਿਲਾ ਗਾਣਾ। ਤੇ ਜਦੋਂ ਉੱਥੇ ਪਹੁੰਚਣ ਤੱਕ ਦੀ ਜਿਹੜੀ ਸਫਰ ਸੀਗੀ ਬਚਪਨ ਤੋਂ, ਪਹਿਲਾ ਰਿਅਲਾਈਜੇਸ਼ਨ ਕਦੋਂ ਹੋਈ ਸੀ ਕਿ ਹਾਂ ਗਾਇਕੀ ਵੱਲ ਹੀ ਜਾਣਾ ਹੈ ਜਾਂ ਕਰਦੇ ਵਿੱਚ? ਮੈਂ ਮੋਸਟਲੀ ਸਭ ਨੂੰ ਪਤਾ, ਇੰਟਰਵਿਊ ਮੈਂ ਕਰਦਾ ਰਹਿਣਾ, ਉਹ ਸਾਹਿਲ ਖੜਾਗਾ, ਸਾਹਿਲ ਨੇ ਗਾਇਆ ਸੀ ਬਚਪਨ 'ਚ, ਤੇ ਉਹਨੇ ਜਦੋਂ ਗਾਇਆ ਮੈਂ ਸਾਡੇ ਆਪਣੇ ਮੋਸਟਲੀ ਪਿੰਡ 'ਚ ਹੁੰਦੇ ਨਾ ਮੇਲੇ ਜਾਗਰਣ, ਉਹਨੇ ਜਾਗਰਣ 'ਚ ਗਾਇਆ ਸੀਗਾ, ਤੇ ਮੈਂ ਕਿਹਾ ਯਾਰ ਬਹੁਤ ਵਧੀਆ ਗਾਇਆ, ਬਹੁਤ ਇਹਨੂੰ ਪਿਆਰ ਮਿਲਿਆ ਸੀ, ਤੇ ਮੈਂ ਵੀ ਗਾਉਣ ਲੱਗਣਾ, ਤੇ ਦੇਖ ਕੇ ਮੈਂ ਗਾਉਣ ਲੱਗਿਆ ਸਾਹਿਲ। ਉਸ ਤੋਂ ਬਾਅਦ ਸ਼ੁਰੂਆਤ ਹੁੰਦੀ ਗਈ ਹੁੰਦੀ ਗਈ। ਹਾਂ, ਹੁੰਦੀ 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 ਕਿਆ ਪਹੁੰਚ ਗਿਆ ਇੱਥੇ ਪਹੁੰਚ ਗਿਆ ਸਰ? ਇਦਾਂ ਤਾਂ ਨਹੀਂ ਲੱਗਦਾ ਕਦੇ ਕਿ ਹਾਂ ਕਦੇ ਇੱਕ ਇਸ ਮੰਚ ਤੇ ਆਉਣ ਦੀ ਕੋਸ਼ਿਸ਼ ਵੀ ਤੁਸੀਂ ਕੀਤੀ ਸੀ? ਪਰ ਬਹੁਤ ਵਾਰ, ਤਿੰਨ ਤੋਂ ਚਾਰ ਵਾਰ। ਅੱਛਾ, ਮੈਨੂੰ ਇੱਕ ਵਾਰ ਪਤਾ ਲੱਗਾ ਸੀਗਾ। ਨਹੀਂ, ਤਿੰਨ ਵਾਰ, 2 ਸੀਜ਼ਨ, 2 ਸੀਜ਼ਨ, 3 ਸੀਜ਼ਨ, 4। ਉਹ ਭਾਈ ਸਾਹਿਬ, ਮੈਨੂੰ ਯੂ ਦਾ ਫਰਸਟ ਵਨ ਜਿਹੜਾ ਨੂੰ ਸਾਰੇ ਸੀਜ਼ਨ ਵੀ ਯਾਦ ਹੈ ਕਿ ਮੈਂ ਕੋਸ਼ਿਸ਼ ਕੀਤੀ। ਤੇ ਜਦੋਂ ਸੀਜ਼ਨ 4 ਚ ਮੈਂ ਮੇਗਾ ਚ ਪਹੁੰਚੇ, ਮੇਗਾ ਚ ਤੇ ਵਾਪਸੀ ਜਦੋਂ ਹੋ ਜਾਂਦੀ ਸੀ ਫਿਰ ਟੁੱਟ ਜਾਂਦਾ, ਉਦੋਂ ਦਿਲ ਟੁੱਟਦਾ ਹੁੰਦਾ। ਟਾਈਮ ਮੈਂ ਹਾਂ ਟਾਈਮ ਇੱਥੇ ਹੁਣ ਬੱਚੇ ਨੂੰ ਹੌਸਲਾ ਦਿੰਦਾ ਹੁੰਦਾ ਯਾਰ ਵੀ ਕਿਤੇ ਨਾ, ਉਹ ਨਿਆਣੇ ਹੁਣ ਟੁੱਟ ਜਾਂਦਾ ਨਾ ਜਿਹੜਾ ਐਲੀਮੀਨੇਟ ਹੋ ਗਿਆ, ਤੇ ਉਹ ਦਿਲ ਟੁੱਟਦਾ ਹੁੰਦਾ ਯਾਰ, ਮੈਨੂੰ ਫੀਲ ਹੁੰਦਾ ਯਾਰ ਵੀ ਮੈਂ ਕਿਹਾ ਮੈਂ ਵੀ ਘਰੇ ਜਾਂਦਾ ਹੁੰਦਾ ਸੀ ਯਾਰ ਘਰ ਦੇ, ਹਨਾ ਵੀ ਐਂ ਕਹਿੰਦੇ ਸੋਚਦੇ ਹੁੰਦੇ ਸੀ ਯਾਰ ਸਾਡਾ ਨਿਆਣਾ ਨਿਕਲਿਆ, ਉਹ ਸਾਰਾ ਫੀਲ ਹੁੰਦਾ। ਬੁਰਾ ਲੱਗਦਾ ਹੈ, ਬੁਰਾ ਲੱਗਦਾ, ਮੈਂ ਤਾਂ ਹੀ ਕਹਿੰਦਾ ਨਾ ਵੀ ਯਾਰ ਤੁਸੀਂ ਨਿਆਣਾ ਨਾ ਮਾਰਦੇ, ਕੋਈ ਥੋੜੇ ਥੋੜੇ ਕਮੈਂਟ ਦੇ ਆ। ਨਹੀਂ, ਤੁਹਾਡੇ ਜਿੱਦਾਂ ਤੁਸੀਂ ਹਿੰਮਤ ਰੱਖੀ, ਤੁਸੀਂ ਉਹਨਾਂ ਨੂੰ ਵੀ ਹਿੰਮਤ ਦਿੱਤੀ ਆ, ਬਟ ਐਟ ਦ ਸੇਮ ਜਦੋਂ ਘਰ ਦੇ ਕਹਿੰਦੇ ਹੁੰਦੇ ਸੀ ਕਿ ਹਾਂ ਛੱਡ ਦੇ, ਦੇਖੋ ਨਹੀਂ ਹੋ ਰਿਹਾ ਜਾਂ ਰਿਜੈਕਸ਼ਨ ਮਿਲ ਰਹੀ ਹੈ, ਤਾਂ ਨਹੀਂ ਲੱਗਾ? ਨਹੀਂ ਕਰਦੇ ਨੇ, ਮੈਨੂੰ ਹਮੇਸ਼ਾ ਬਹੁਤ ਹੌਸਲਾ ਦਿੱਤਾ ਮੇਰੇ ਡੈਡ ਨੇ, ਮੇਰੀ ਮਮ ਨੇ। ਤੇ ਕਦੇ ਇਦਾਂ ਤਾਂ ਨਹੀਂ ਹੋਇਆ ਕਿ ਇਹਨਾਂ ਗਾਣਿਆਂ ਨੂੰ ਗਾਉਂਦੇ ਗਾਉਂਦੇ ਇੱਕ ਸੈਟਬੈਕ ਵੀ ਆਉਂਦਾ, ਚੈਲੰਜ ਵੀ ਆਉਂਦਾ ਕਿ ਲੋਕੀ ਨਿੰਦਾ ਵੀ ਕਰਨ ਲੱਗ ਪੈਂਦੇ ਆ? ਬਹੁਤ ਕੁਝ ਦੇਖਣਾ ਪੈਂਦਾ ਜੀ। ਤੇ ਫਿਰ ਤਦ ਕਿੱਦਾਂ ਤੁਸੀਂ ਚੱਲਦੇ? ਵੀ ਕਹਿੰਦੇ ਨਾ ਫੁੱਕ ਫੁੱਕ ਕੇ ਕਦਮ ਰੱਖਣਾ, ਹੁਣ ਬੜਾ ਸੋਚ ਸੋਚ ਕੇ ਚੱਲਦਾ, ਪਹਿਲਾਂ ਤਾਂ ਐਂ ਸੀਗਾ। ਹਾਂ, ਮੈਂ ਹੀ ਕਹਿ ਰਹੀ ਸੀ ਜਦੋਂ ਤੁਸੀਂ ਮੇਲਿਆਂ ਤੇ ਕੋਈ ਜਿਹੜੀ ਤੁਹਾਡੀ ਪੁਰਾਣੀ ਵੀਡੀਓ ਦੇਖਿਆ, ਜਾਣ ਦੇ ਕੋਈ ਨਾ ਦੇਖੀ ਜਾਊਗੀ, ਪਹਿਲਾਂ ਤਾਂ ਐਂ ਸੀ, ਹੁਣ ਮੈਂ ਥੋੜਾ ਦੇਖ ਕੇ ਚੱਲਦਾ, ਦੇਖ ਦੇਖ ਕੇ ਚੱਲਦਾ। ਸੋ ਥੈਂਕ ਯੂ ਸੋ ਮੱਚ ਫॉर ਬੀਇੰਗ ਵਿਦ ਅਸ, ਐਂਡ ਯੂ ਆਰ ਟੂ ਟਰੂ ਇਨਸਪੀਰੇਸ਼ਨ ਜਿਨ੍ਹਾਂ ਨੂੰ ਮੈਂ ਕਹਿ ਸਕਦੀ। ਸ਼ੁਰੂਆਤ ਤੋਂ ਤੁਸੀਂ ਆਪਣੇ ਕੰਮ ਤੇ ਮਿਹਨਤ ਕੀਤੀ ਹੈ, ਔਰ ਜਾਂਦੇ ਜਾਂਦੇ ਇੱਕ ਵਾਰ ਦਰਸ਼ਕਾਂ ਨੂੰ ਇੱਕ ਲਾਸਟ ਟਿਪ ਤੇ ਇੱਕ ਉਹ ਗੀਤ ਜਿਹੜਾ ਪਹਿਲਾ ਗੀਤ ਗੈਰੀ ਭਾਜੀ ਨਾਲ ਤੁਸੀਂ ਕੀਤਾ ਸੀਗਾ, ਉਹ ਅਸੀਂ ਜ਼ਰੂਰ ਸੁਣਨਾ ਚਾਹਾਂਗੇ। ਹੋ ਜਾਣ ਲੱਗੇ ਨੇ ਇੱਕ ਵਾਰੀ ਤੋਂ ਨੈਣ ਮਿਲਾ ਹੈ ਕਿਉਂ ਦੱਸ ਮੇਰੇ ਹੰਝੂ ਤੈਨੂੰ ਚੇਤੇ ਆਏ ਕੀ ਕਰੀਏ ਤੈਨੂੰ ਵੱਖ ਸਜਣਾ ਹੈ ਕਰੀਏ ਤੈਨੂੰ ਵੱਖ ਸਜਣਾ ਕਰ ਵੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਆ
तेरे बिन जी नहीं सकते।